ਚੋਣ ਰੈਲੀ ਤੋਂ ਵਾਪਸ ਆ ਰਹੇ ਕੁਝ ਲੋਕਾਂ ਦੇ ਨਾਲ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਛੋਟੇ ਹਾਥੀ ਦੇ ਵਿੱਚ ਸਵਾਰ ਹੋ ਕੇ ਇਹ ਸਾਰੇ ਹੀ ਸੀਐਮ ਦੀ ਰੈਲੀ ਦੇ ਵਿੱਚ ਗਏ ਸੀ ਤੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਛੋਟਾ ਹਾਥੀ ਜੋ ਹੈ ਬੇਕਾਬੂ ਹੋ ਜਾਂਦਾ ਹੈ। ਬੇਕਾਬੂ ਹੋਣ ਤੋਂ ਬਾਅਦ ਇਸ ਦੇ ਵਿੱਚ ਸਵਾਰ ਜੋ ਲੋਕ ਸੀ ਸਾਰੇ ਹੀ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਮੌਕੇ ਦੇ ਉੱਤੇ ਚੀਕ ਚਿਹਾੜਾ ਪਿਆ, ਰਾਹਗੀਰਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਸੜਕ ਹਾਦਸਾ ਕਪੂਰਥਲਾ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਚੋਣ ਰੈਲੀ ਤੋਂ ਵਾਪਸ ਆ ਰਹੇ ਲੋਕਾਂ ਦਾ ਛੋਟਾ ਹਾਥੀ ਪਲਟ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਲੋਕ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਜ਼ਖਮੀਆਂ ਦੇ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਲ ਨੇ, ਜਿਸ ਨੂੰ ਕਿ ਹੁਣ ਅੱਗੇ ਰੈਫਰ ਕਰ ਦਿੱਤਾ ਗਿਆ। ਫਿਲਹਾਲ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਮਾਮਲਾ ਬੀਤੇ ਦਿਨ ਦਾ ਦੱਸਿਆ ਜਾ ਰਿਹਾ, ਜਦੋਂ ਸੀਐਮ ਦੀ ਰੈਲੀ ਸੀ ਅਤੇ ਇਹ ਸੀਐਮ ਦੀ ਰੈਲੀ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਵਾਪਸ ਆਉਂਦੇ ਸਮੇਂ ਅਚਾਨਕ ਹੀ ਇੱਕ ਟਿੱਪਰ ਅੱਗੇ ਆ ਜਾਂਦਾ ਹੈ ਤੇ ਟਿੱਪਰ ਤੋਂ ਬਚਦੇ ਬਚਦੇ ਜਦੋਂ ਇੱਕ ਬਾਈਕ ਸਵਾਰ ਦੇ ਵੱਲੋਂ ਇਹਨਾਂ ਦੇ ਛੋਟੇ ਹਾਥੀ ਨੂੰ ਓਵਰਟੇਕ ਕੀਤਾ ਜਾਂਦਾ ਹੈ ਤਾਂ ਛੋਟਾ ਹਾਥੀ ਆਪਣਾ ਸੰਤੁਲਨ ਗਵਾ ਬੈਂਦਾ ਹੈ ਅਤੇ ਸੜਕ ਦੇ ਉੱਤੇ ਹੀ ਪਲਟ ਜਾਂਦਾ ਹੈ। ਜਿਵੇਂ ਹੀ ਸੜਕ 'ਤੇ ਪਲਟਦਾ ਤਾਂ ਮੌਕੇ ਦੇ ਉੱਤੇ ਚੀਕ ਚਿਹਾੜਾ ਪੈ ਜਾਂਦਾ ਹੈ, ਔਰਤਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ, ਜਿਸ ਤੋਂ ਬਾਅਦ ਰਾਹਗੀਰ ਉੱਥੇ ਰੁਕਦੇ ਨੇ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਤਾਂ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਚੋਣ ਰੈਲੀ ਤੋਂ ਵਾਪਸ ਆ ਰਹੇ ਲੋਕਾਂ ਦਾ ਜੋ ਵਾਹਨ ਹੈ ਉਹ ਪਲਟ ਜਾਂਦਾ ਹੈ ਤੇ ਕਈ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਸਲੋ ਬਿਲਕੁਲ ਸੀਗਾ, ਜੇ ਮੈਂ ਤੇਜ਼ ਹੁੰਦਾ ਤਾਂ ਮੈਂ ਗੱਡੀ ਕੱਢ ਜਾਣੀ ਸੀਗੀ ਤੇ ਇਧਰ ਇਹ ਫਾਸਟ ਆ ਰਿਹਾ ਸੀਗਾ, ਫਾਸਟ ਰਨ ਕਰਕੇ ਦੀ ਗੱਡੀ ਪਿੱਛੇ ਰੱਖੀ। ਕੀ ਮੰਨਦੇ ਹੋ ਕਿ ਗੱਲ ਤੇ ਤੁਸੀਂ ਕਹਿ ਰਹੇ ਹੋ ਕਿ ਕਾਰ ਵਾਲੇ ਦੀ? ਹਾਂ, ਕਾਰ ਵਾਲੀ ਹੈ। ਮੇਰੇ ਆਹ ਪੱਗ ਲੱਸ ਗਈ, ਮੈਂ ਪੱਗ ਹੁਣ ਰੱਖੀ ਆ। ਜਾਣਾ ਕਿੱਥੇ ਸੀਗਾ ਤੁਸੀਂ? ਜਾਣ ਖੇਲਾ, ਜਾਣ ਖੇਲਾ, ਜਾਣ ਖੇਲਾ ਜਾ ਰਹੇ। ਤੁਸੀਂ ਬਾਈਪਾਸ ਕਿਉਂ ਨਹੀਂ ਚੂਜ਼ ਕੀਤਾ ਸ਼ਹਿਰ ਦੇ ਵਿੱਚੋਂ ਕਿਉਂ ਗੱਡੀ ਲਿਆਏ? ਚੰਡੀਗੜ੍ਹ ਤੋਂ ਆਉਂਦੇ ਪਏ ਅਸੀਂ ਜੰਮੂ ਚੱਲੇ ਸੀਗੇ ਤੇ ਅਸੀਂ ਸਰ ਪਿਛਲੀ ਲਾਈਟਾਂ ਤੋਂ ਰੋਕ ਕੇ ਨਿਕਲ ਕੇ ਆਏ ਆ। ਬਿਲਕੁਲ ਸਲੋ ਸੀਗੇ ਗੱਡੀ, ਕਿਉਂਕਿ ਸ਼ਹਿਰ ਦੇ ਵਿੱਚ ਤੇਜ਼ ਚਲਾ ਨਹੀਂ ਸਕਦੇ, ਬਾਹਰ ਵੀ ਨਹੀਂ ਅਸੀਂ ਤੇਜ਼ ਚਲਾ ਸਕਦੇ ਹੈਗੇ। ਇਹਨਾਂ ਹੀ ਗੱਡੀ ਜਿਹੜੀ ਆ ਬੈਂਡ ਨਾਲ ਐਕਸੀਡੈਂਟ ਹੋਇਆ ਵਾ, ਇਹ ਬਹੁਤ ਸਪੀਡ ਨਾਲ ਆਉਂਦੀ ਪਈ ਸੀਗੀ ਤੇ ਸਾਡੀ ਗੱਡੀ ਬਿਲਕੁਲ ਨੋਰਮਲ ਸਪੀਡ ਤੇ ਸੀਗੀ ਜੋ ਸ਼ਹਿਰ 'ਚ ਹੋਣੀ ਚਾਹੀਦੀ ਹੈ ਸਾਡੀ, ਕਿਉਂਕਿ ਸਾਡੀ ਲੋਕੇਸ਼ਨ ਵੀ ਲੱਗੀ ਹੋਈ ਸੀ ਅਸੀਂ ਬਾਹਰ ਨਿਕਲਣਾ ਸੀ ਸ਼ਹਿਰ 'ਚੋਂ ਦਸੂਏ ਅੱਲ ਦੀ ਜਾ ਕੇ ਅਸੀਂ ਜੰਮੂ ਜਾਣਾ ਸੀਗਾ। ਤੇ ਸਰ ਜੇ ਸਾਡੀ ਸਪੀਡ 'ਚ ਗੱਡੀ ਹੁੰਦੀ ਜਿੱਦਾਂ ਮੁਲਾਜ਼ਮ ਸਾਹਿਬ ਕਹਿ ਰਹੇ ਆ ਵੀ ਸਪੀਡ 'ਚ ਗੱਡੀ, ਸਾਡੀ ਗੱਡੀ ਜੋ ਪਿੱਛੋਂ ਸਲਿੱਪਾਂ ਨਿਕਲ ਜਾਣੀਆਂ ਸੀ, ਸਾਡੀ ਬਿਲਕੁਲ ਗੱਡੀ ਸਲੋ ਸੀਗੀ, ਇਹ ਬਹੁਤ ਸਪੀਡ ਨਾਲ ਆਉਂਦੇ ਪਏ। ਗੱਡੀ ਸਲੋ ਹੁੰਦੀ ਤਾਂ ਤੁਹਾਡੀ ਬ੍ਰੇਕਾਂ ਲੱਗ ਜਾਣੀਆਂ ਸੀ। ਹਾਂਜੀ, ਰੁਕ ਜਾਣੀ। ਹਾਂਜੀ, ਤੁਹਾਡਾ ਰੈਡੀਏਟਰ ਵੀ ਪੜ ਗਿਆ ਤਾਂ ਨੁਕਸਾਨ ਕਾਫੀ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਰ। ਸਵਾਰੀ ਕਿੱਥੋਂ ਕਿੱਥੇ ਚੱਕੀ ਸੀ? ਸਵਾਰੀ ਅਸੀਂ ਜੀਰਕਪੁਰ ਤੋਂ ਚੱਕੀ ਸੀਗੀ ਜੀ। ਸਵਾਰੀ ਦਾ ਨਹੀਂ ਕੋਈ ਨੁਕਸਾਨ ਹੋਇਆ? ਸਵਾਰੀ ਦਾ ਸਰ ਥੋੜੀ ਬੈਕ ਤੇ ਪ੍ਰੋਬਲਮ ਆਈ ਆ। ਹਾਂਜੀ, ਕਿੰਨੇ ਚਿਰ ਤੋਂ ਗੱਡੀ ਚਲਾ ਰਹੇ ਪਏ ਸਰ? ਭਾਈ ਮੈਂ 7 ਸਾਲ ਤੋਂ ਗੱਡੀ ਚਲਾ ਰਿਹਾ। ਸਵਾਰੀ ਜਿਹੜੀ ਆ ਚਲ ਗਈ ਠੀਕ ਆ? ਹਾਂਜੀ ਹਾਂਜੀ ਠੀਕ। ਨਹੀਂ ਸਰ ਉਹ ਥੋੜਾ ਮਹਿਸੂਸ ਤਾਂ ਹੁੰਦਾ ਪਿਆ, ਬਾਅਦ ਚ ਉਹਨਾਂ ਨੂੰ ਪਤਾ ਲੱਗੂਗਾ, ਹੁਣ ਤਾਂ ਜ਼ਿਆਦਾ ਠੀਕ ਹੈ ਮਤਲਬ ਉਦਾਂ। ਹਾਂਜੀ ਠੀਕ ਹੈ ਜੀ, ਚਲ ਗਏ ਹੋਏ ਆ? ਹਾਂਜੀ। ਗੱਡੀ ਸਟੈਂਡ ਦੀ ਹੈ ਜਾਂ ਤੁਹਾਡੀ ਆਪਣੀ ਹੈ ਜੀ? ਸਰ ਮੈਂ ਗੱਡੀ ਚਲਾਉਣਾ ਪਿਆ, ਮੈਂ ਡਰਾਈਵਰ ਆ ਜੀ। ਮੰਗ ਸਰ ਸਾਡਾ ਕੁਝ ਨਹੀਂ ਮੰਗ ਹੈਗੀ, ਸਾਡਾ ਨੁਕਸਾਨ ਆ ਜਿਹੜਾ ਹੋਇਆ ਉਹ ਪੂਰਾ ਕਰ ਦੇ, ਗੱਡੀ ਦੇ ਪੇਪਰ ਵੀ ਨਹੀਂ ਪੂਰੇ ਹੈਗੇ ਸਰ। ਸਾਡੇ ਵਾਲੀ ਦੇ ਪੂਰੇ ਆ ਬਿਲਕੁਲ ਸਰ, ਇਹਨਾਂ ਵਾਲੀ ਦੇ ਪੂਰੇ ਨਹੀਂ ਗੇ ਪੇਪਰ ਸਰ। ਹਾਂਜੀ, ਅਸੀਂ ਇਹ ਕਿਹਾ ਵੀ ਸਾਡਾ ਨੁਕਸਾਨ ਜੋ ਹੋਇਆ ਉਹ ਭਰ ਕਰ ਦੋ
ਤੁਸੀਂ ਠੀਕ ਕਰਵਾ ਦਿਓ ਗੱਡੀ, ਅਸੀਂ ਹੋਰ ਕੁਛ ਨਹੀਂ ਕਹਿੰਦੇ ਸਰ। ਇਹਨਾਂ ਦੇ ਮੁਲਾਜ਼ਮ ਵੀ ਆਏ ਨੇ, ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਉਹ ਵੀ ਇਹ ਕਹਿ ਰਹੇ ਨੇ ਵੀ ਤੁਹਾਡੀ ਗਲਤੀ ਹੈ, ਤੁਹਾਡੀ ਗੱਡੀ ਸਪੀਡ 'ਚ ਆ। ਮੰਨ ਲਓ ਜਾਣੀ ਕਿ ਆਪਣੇ ਆਦਮੀ ਦਾ ਮੁਲਾਜ਼ਮ ਦਾ ਪੱਖ ਬੋਲ ਰਹੇ ਨੇ। ਹਾਂਜੀ ਡਰਾਈਵਰ ਇਹਨਾਂ ਦੀ ਗਲਤੀ ਲੱਗਦੀ ਤੇ ਕਿਉਂਕਿ ਉਹ ਤਾਂ ਸਿੱਧੇ ਜਾ ਰਹੇ ਸੀ, ਬੱਜੇ ਤਾਂ ਇਹੀ ਆ ਨਾ ਵਿੱਚ ਗੱਡੀ ਇਹਨਾਂ ਦੀ ਵੱਜੀ ਉਹ ਗੱਡੀ ਇਧਰੋਂ ਆਈ ਹੈ ਨਾ, ਇਧਰੋਂ ਆਏ ਆ ਉਹ ਸਿੱਧੇ ਜਾ ਰਹੇ ਸੀ, ਇਹ ਇਧਰੋਂ ਤੇਜ਼ ਰਫਤਾਰੀ ਨਾਲ ਆਇਆ। ਦੇਖਣ ਤੋਂ ਤਾਂ ਇਹ ਲੱਗਦਾ ਕਿ ਇਹਨਾਂ ਇਹ ਤੇਜ਼ ਰਫਤਾਰੀ ਨਾਲ ਆ ਕੇ ਗੱਡੀ ਇਹਨਾਂ ਨੇ ਮਾਰੀ ਆ, ਉਹਨੇ ਤਾਂ ਨਹੀਂ ਮਾਰੀ ਨਾ, ਤੇ ਮੁੜ ਕੇ ਅਸੀਂ ਬਚਾ ਕਰਨਾ ਆਪਣਾ। ਨਹੀਂ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ, ਬਸ ਜਿਹੜੀ ਆ 8 ਵਜੇ ਤੋਂ ਬਾਅਦ ਸ਼ਹਿਰ ਚ ਲਿਆ ਸਕਦੇ, ਚਾਹੇ ਕਿਸੇ ਦੀ ਬੱਸ ਬਸ ਸ਼ਹਿਰ ਦੇ ਵਿੱਚ ਲੰਘਾ ਸਕਦੇ ਆ ਆਪਾਂ 8 ਵਜੇ ਤੋਂ ਬਾਅਦ ਸਵੇਰੇ। ਡਿਊਟੀ ਹੈ ਨਾ ਭਾਈ, ਵੱਡੀ ਬੱਸ ਹੈਗੀ ਪਰ ਉਹ ਡਿਊਟੀ ਤੇ ਨਾ ਫੋਰਸ ਲੈਣ ਆਏ ਸੀ, ਸਪੈਸ਼ਲ ਪਰਮਿਸ਼ਨ ਵੀ ਨਹੀਂ ਕਿ ਸ਼ਹਿਰ ਦੇ ਵਿੱਚ ਦੀ ਬੱਸ ਲੰਘਾਈ ਜਾਵੇ। ਡਰਾਈਵਰ ਦੀ ਆਪਣੀ ਮਰਜ਼ੀ ਹੈ ਕਿ ਮੈਂ ਜਲਦੀ ਪਹੁੰਚਣਾ ਸੀ ਜਹਾਨ ਖੇਲਾ ਤੇ ਮੈਂ ਜਿੱਧਰ ਮਰਜ਼ੀ ਲੈ ਜਾਣਾ, ਉਹਦੇ ਬਾਰੇ ਕੀ? ਨਾ ਤਾਂ ਬੱਸ ਦੇ ਡਾਕੂਮੈਂਟ ਪੂਰੇ ਨੇ, ਤਾਂ ਬਾਕੀਆਂ ਦਾ ਚਲਾਨ ਕੱਟਿਆ ਜਾਂਦਾ, ਨਾ ਇਹਦੀਆਂ ਨੰਬਰ ਪਲੇਟਾਂ ਹੈ ਨਾ ਡਾਕੂਮੈਂਟ ਦੇ ਪੂਰੇ ਨੇ, ਇਹਦੇ ਕੋਈ ਨਹੀਂ ਚੈੱਕ ਕਰ ਲੈਂਦੇ ਆਪਾਂ। ਹਾਂਜੀ ਲੱਗਦਾ ਨਹੀਂ ਕਿ ਆਪਣੇ ਹੀ ਮੁਲਾਜ਼ਮ ਦਾ ਪੱਖ ਪੂਰੇ ਨੇ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਭਾਈ ਸਾਹਿਬ, ਜਿਹੜੀ ਗਲਤੀ ਹੋਊਗੀ ਉਹਨੂੰ ਮਿਲੂਗੀ, ਜੋ ਕਾਰਵਾਈ ਹੋਊਗੀ ਉਹ ਕਰਾਂਗੇ।